ਹਰਬਲ ਗਾਰਡਨ ਲਾਉਣ ਲਈ ਤਿਆਰੀਆਂ ਜੀ ਚੱਕ ਸ਼ੇਰੇਵਾਲਾ ਕਮਿਊਨਿਟੀ ਸੈਂਟਰ ਚੱਕ ਸ਼ੇਰੇਵਾਲਾ ਹਾਂਜੀ ਪ੍ਰੈਸ ਸਾਹਿਬ ਦੀ ਛਤਰਸ਼ਾਹ ਹੇਠਾਂ ਨਾਲ ਸੁਮਨਦੀਪ ਸਿੰਘ ਜੀ ਰੇਡੀਓਗ੍ਰਾਫਰ ਹਾਂ ਅਤੇ ਇਹ ਸਾਰੇ ਕੇਅਰਟੇਕਰ ਔਰ ਆਹ ਸਾਰਾ ਚੱਲ ਰਿਹਾ ਪ੍ਰਬੰਧ ਇਹ ਤਿਆਰੀਆਂ ਹੋ ਰਹੀਆਂ ਇੱਥੇ 40x50 ਦਾ ਜਾਂ 50x50 ਦਾ ਗਾਰਡਨ ਬਣੂਗਾ ਜੀ ਅਤੇ ਅਸੀਂ ਇਹਨੂੰ ਬਹੁਤ ਸੁੰਦਰ ਡਿਜ਼ਾਇਨ ਕਰਨਾ ਇਸ ਏਰੀਏ 'ਚ ਮਤਲਬ ਇਹ ਪਹਿਲਾ ਗਾਰਡਨ ਪਹਿਲਾਂ ਮੇਰੇ ਨਾਨਕਪੁਰ 'ਚ ਬਣਾਇਆ ਇੱਕ ਹਰਬਲ ਗਾਰਡਨ ਅਤੇ ਦੂਸਰਾ ਹਰਬਲ ਗਾਰਡਨ ਅਸੀਂ ਇੱਥੇ ਬਣਾ ਰਹੇ ਹਾਂ ਇਸ ਏਰੀਏ ਦੇ ਵਿੱਚ ਅਤੇ ਇਹਨੂੰ ਇੱਕ ਨਮੂਨੇ ਦਾ ਗਾਰਡਨ ਅਸੀਂ ਬਣਾਉਣਾ ਚਾਹੁੰਦੇ ਹਾਂ ਬਹੁਤ ਅੱਛੇ ਬਹੁਤ ਅਤੇ ਇਸ ਨੂੰ ਅਸੀਂ ਹੁਣ ਕਿਹੜਾ ਜਿਹੜਾ ਮਿੱਟੀ ਮੁੱਟੀ ਸਹੀ ਕਰਕੇ 2-4 ਦਿਨਾਂ ਪਿੱਛੋਂ ਫਿਰ ਅਸੀਂ ਤੁਹਾਨੂੰ ਅਸੀਂ ਦੱਸਾਂਗੇ ਅਸੀਂ ਕੀ ਕਰ ਰਹੇ ਹਾਂ ਔਰ ਸੁਮਨਦੀਪ ਜੀ ਨੂੰ ਇਸ ਦੀ ਵਧਾਈ ਕਿਉਂਕਿ ਮੱਲਣ ਵੀ ਸਾਡੀ ਬੀਟ ਸੁਸਾਇਟੀ ਦਾ ਗਠਨ ਹੋ ਚੁੱਕਿਆ ਅਤੇ ਉੱਥੋਂ ਹੀ ਇਹਨਾਂ ਨੇ ਚਿਣਗ ਲੈ ਕੇ ਅਤੇ ਸ਼ੁਰੂ ਕਰਾਇਆ ਕੰਮ ਇਹ ਸਾਡੀ ਇਹਦੀ ਸਾਡੀ ਬੀਟ ਸੁਸਾਇਟੀ ਜਿਹੜੀ ਹੈ ਨਾ ਇਹ ਹੋ ਗਈ ਆਪਣੀ ਚੱਕ ਸ਼ੇਰੇਵਾਲਾ ਇਹ ਬੀਟ ਸੁਸਾਇਟੀ ਚੱਕ ਸ਼ੇਰੇਵਾਲਾ ਹੋ ਗਈ ਤੁਸੀਂ ਇਹਦੇ ਇੰਚਾਰਜ ਬਣੋ ਅਤੇ ਨਾਲ ਮੁੰਡੇ ਨੌਜਵਾਨ ਜੋੜੋ ਬਹੁਤ ਅੱਛਾ ਕੰਮ ਅਸੀਂ ਕਰਾਂਗੇ ਤੁਹਾਡੇ ਨਾਲ ਤੁਸੀਂ 5-7 ਮੁੰਡੇ ਨਾਲ ਸੁਮਨਦੀਪ ਜੀ ਕਦੋਂ ਵਿਚਾਰ ਆਇਆ ਤੁਹਾਡਾ ਤੁਹਾਨੂੰ ਇਹਦਾ ਬਣਾਉਣ ਦਾ ਸਰ ਡਾਕਟਰ ਸਾਹਿਬ ਸਾਡੇ ਮੈਡਮ ਕੋਲ ਮੈਡੀਸਿਨ ਲੈਣ ਆਉਂਦੇ ਆ ਜੀ ਅੱਛਾ ਸਾਨੂੰ ਪਤਾ ਲੱਗਿਆ ਸੀ ਡਾਕਟਰ ਸਾਹਿਬ ਜੀ ਸੇਵਾ ਕਰਦੇ ਆ ਜੀ ਅੱਛਾ ਡਾਕਟਰ ਸਾਹਿਬ ਇਹਨਾਂ ਨਾਲ ਗੱਲ ਕੀਤੀ ਸਰ ਕਹਿੰਦੇ ਬਣਾ ਦੇਵਾਂਗੇ ਜੀ ਸਾਡੇ ਕੋਲ ਜਗ੍ਹਾ ਸੀਗੀ ਜੀ ਚਲੋ ਸੋਚਿਆ ਚਲੋ ਵਧੀਆ ਕੰਮ ਹੈਗਾ ਜੀ ਮੈਡੀਸਿਨ ਦੇ ਕੰਮ ਆਉਣਗੇ ਇਹਨੂੰ ਸੰਭਾਲਣ ਲਈ ਤੁਹਾਡੇ ਕੋਲ ਕਲਾਸ 4 ਵਗੈਰਾ ਦਾ ਇੰਤਜ਼ਾਮ ਹੈ ਸਰ ਸਾਡੇ ਕੋਲ ਹੈ ਤਾਂ ਕਿ ਪਰ ਐਕਚੁਅਲੀ ਬਿਲਡਿੰਗ ਵੱਡੀ ਹੈਗੀ ਜੀ ਸਟਾਫ ਸਾਡੇ ਕੋਲ ਜਿਹੜੇ ਦਰਜਾ 4 ਮੁਲਾਜ਼ਮ ਬਹੁਤ ਘੱਟ ਪਰ ਫਿਰ ਵੀ ਖੈਰ ਬਹੁਤ ਤਾਂ ਨਹੀਂ ਕੇਅਰ ਮੰਗਦਾ ਟਾਈਮ ਕੱਢ ਕੇ ਮੈਂ ਕਰੂੰਗਾ ਜੀ ਪਹਿਲਾਂ ਹੀ ਮੈਂ ਕਰਦਾ ਜੀ ਪਿਛਲੇ ਪਾਸੇ ਨਾ ਪ੍ਰੈਸ ਸਾਹਿਬ ਕਹਿੰਦੇ ਵੀ ਇੱਥੇ ਜੰਗਲ ਲਗਾਉਣਾ ਹਾਂਜੀ ਨੈਚੁਰਲ ਪਰ ਪਛਾਣ ਜਿਹੜਾ ਚਲੋ ਬਹੁਤ ਵਧੀਆ ਸ਼ੁਰੂਆਤ ਹੋ ਚੁੱਕੀ ਹੈ ਅਤੇ ਇੱਥੇ ਹਰਬਲ ਗਾਰਡਨ ਹਫ਼ਤੇ ਕੁ ਦੇ ਵਿੱਚ ਮੇਰੇ ਖਿਆਲ 'ਚ ਹੋਣ 'ਚ ਆਜੂਗਾ ਚੱਕ ਸ਼ੇਰੇਵਾਲਾ ਅਤੇ ਉਮੀਦ ਹੈ ਚੱਕ ਸ਼ੇਰੇਵਾਲਾ ਤੋਂ ਜਿੰਨੇ ਫੇਸਬੁੱਕ ਦੋਸਤ ਹੈ ਉਹਨਾਂ ਨੂੰ ਉਸ ਦਿਨ ਅਸੀਂ ਬੁਲਾਵਾਂਗੇ ਔਰ ਸਾਰੇ ਰਲ ਮਿਲ ਕੇ ਆਪਾਂ ਇੱਥੇ ਲਾਵਾਂਗੇ ਹਰਬਲ ਗਾਰਡਨ ਹਾਂਜੀ ਪ੍ਰੈਸ ਸਾਹਿਬ ਹਾਂਜੀ ਤੁਸੀਂ ਵਧਾਈ ਦੇ ਪਾਤਰ ਹੋ ਨਾਨਕਪੁਰੇ ਵਾਲੇ ਅਤੇ ਤੁਸੀਂ ਦੇਖੋ ਤੁਹਾਨੂੰ ਕਿਵੇਂ ਆਈਡੀਆ ਆਇਆ ਇੱਥੇ ਇੱਥੇ ਅਸੀਂ ਹਸਪਤਾਲ 'ਚ 1-2 ਵਾਰੀ ਮੈਂ ਆਇਆ ਹੈਗਾ ਅਤੇ ਮੈਨੂੰ ਐਂ ਲੱਗਿਆ ਵੀ ਇਹ ਯਾਰਡ ਜੀ ਬਣੀ ਪਈ ਹੈ ਵੀ ਇਹਦੇ 'ਚ ਯਾਰ ਮੇਰੇ ਏਰੀਆ ਬਹੁਤ ਪਿਆ ਇਹਨਾਂ ਕੋਲ ਅਤੇ ਕਾਫੀ ਜਗ੍ਹਾ ਪਈ ਹੈ ਪਾਣੀ ਦਾ ਵੀ ਪ੍ਰਬੰਧ ਹੈਗਾ ਅਤੇ ਮੈਂ ਉਹ ਡਾਕਟਰਾਂ ਨਾਲ ਗੱਲ ਕੀਤੀ ਹੋਮਿਓਪੈਥੀ ਦੇ ਡਾਕਟਰ ਕੀ ਨਾਂ ਉਹਨਾਂ ਦਾ ਡਾਕਟਰ ਅਮਨਪ੍ਰੀਤ ਕੌਰ ਡਾਕਟਰ ਅਮਨਪ੍ਰੀਤ ਕੌਰ ਉਹ ਕਹਿੰਦੀ ਵੀ ਸਾਡੇ ਵੀ ਬਣਾਓ ਜਦੋਂ ਨਾਨਕਪੁਰੋਂ ਵੇਖ ਕੇ ਆਏ ਉਹ ਅਤੇ ਮੈਂ ਕਿਹਾ ਕੋਈ ਗੱਲ ਨਹੀਂ ਅਸੀਂ ਵਿਚਾਰ ਅਧੀਨ ਹੈ ਜਿੰਨੇ ਸਾਨੂੰ ਸਾਡੇ ਅਸੀਂ ਪੂਰੀ ਅਸੀਂ ਪਲੈਨ ਕਰ ਲਈ ਤਾਂ ਸ਼ੇਰ ਚੱਕ ਸ਼ੇਰ ਵਾਲੇ ਕਮਿਊਨਿਟੀ ਸੈਂਟਰ 'ਚ ਵੀ ਅਸੀਂ ਬਹੁਤ ਸੋਹਣਾ ਗਾਰਡਨ ਸ਼ੁਰੂ ਬਣਾ ਕੇ ਨਹੀਂ ਬੜੀ ਅੱਛੀ ਜਗ੍ਹਾ ਔਰ ਦੇਖੋ ਪਬਲਿਕ ਜਦੋਂ ਇੱਥੇ ਐਂਟਰ ਕਰਦੀ ਹੈ ਸਾਹਮਣੇ ਐਂਟਰ ਕਰਨ 'ਤੇ ਉਹਨਾਂ ਨੂੰ ਹਰਬਲ ਗਾਰਡਨ ਨਜ਼ਰ ਆਏਗਾ ਹਾਂ ਬਈ ਬੱਚਿਓ ਹੈਲੋ ਇਹ ਮੁੰਡੇ ਟਰੈਕਟਰ ਦੀ ਸੇਵਾ ਕਰ ਰਹੇ ਆ ਹਾਂ ਬੇਟੇ ਕੀ ਨਾਂ ਤੁਹਾਡਾ ਦਿਲਪ੍ਰੀਤ ਹਾਂ ਚੱਕ ਸ਼ੇਰੇਵਾਲੇ ਤੋਂ ਚਲੋ ਬਹੁਤ ਅੱਛੇ ਤੁਹਾਡੀ ਜਿਹੜੀ ਸੇਵਾ ਸਫਲ ਹੋਊਗੀ ਇੱਥੇ ਹਰਬਲ ਗਾਰਡਨ ਬਣੇਗਾ ਸ਼ਾਬਾਸ਼